ਕੀ ਹਾਲ ਹੈ ਜੀ, ਮੈਂ ਇੰਦਰ ਖੋਖਰ ਤੇ ਮੈਂ ਬਿਲੋਂਗ ਕਰਦਾ ਜੀ ਮੋਣਕ ਡਿਸਟ੍ਰਿਕਟ ਸੰਗਰੂਰ ਤੋਂ ਜੀ। ਤੇ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਸਮਾਚਾਰ। ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥੱਕੀ, ਹਾਂ ਤੇ ਜਿਹੜਾ ਗਿਆਨ ਮੋੜ ਲਿਆਵਦਾਈ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ। ਅੱਜ ਦਾ ਸਮਾਚਾਰ ਇਹ ਹੈ ਵੀ ਕੱਲ੍ਹ ਮੈਂ ਪਹੁੰਚ ਗਿਆ ਸੀ ਨਾਨਕੇ ਪਿੰਡ। ਹਾਂਜੀ, ਅਤੇ ਮੈਂ ਨਾਨਕੇ ਆ ਚੁੱਕਿਆ ਗਾ, ਪਰ ਵੀਰੇ ਹੋਰੀ ਅਤੇ ਮਾਮਾ ਮਾਮੀ ਹੋਰੇ ਮਿਲਣ ਗਏ ਹੋਏ ਨੇ ਦੀਦੀ ਹੋਰਾਂ ਨੂੰ, ਉਹ ਥੋੜ੍ਹੇ ਟਾਈਮ ਤੱਕ ਆਉਣਗੇ। ਅਤੇ ਇਸ ਤੋਂ ਬਾਅਦ ਜਦੋਂ ਵੀਰੇ ਹੋਰੇ ਆ ਗਏ ਸੀਗੇ ਫਿਰ ਅਸੀਂ ਬਾਹਰ ਗਏ। ਹਾਂਜੀ, ਅਤੇ ਸਮਾਚਾਰ ਇਹ ਆ ਵੀ ਅੱਜ ਦੇ ਦਿਨ ਦਾ ਇਹ ਦੂਸਰਾ ਵਲੋਗ ਹੈਗਾ, ਤਾਂ ਕਰਕੇ ਉਹੀ ਕੱਪੜੇ ਨੇਗੇ। ਅਤੇ ਮੇਰੇ ਨਾਲ ਵੀਰਾ ਮਾਮੇ ਦਾ ਮੁੰਡਾ ਅਤੇ ਲਖਵੀਰ ਸਿੰਘ, ਅਤੇ ਹੁਣ ਅਸੀਂ ਜਾ ਰਹੇ ਹਾਂ ਕੁਛ ਖਾਣ, ਕਿਉਂਕਿ ਵੀਰੇ ਹੋਰੇ ਹੁਣੇ ਆਏ ਨੇ ਅਤੇ ਹੁਣ ਅਸੀਂ ਜਾਵਾਂਗੇ। ਕਿੱਥੇ ਜਾ ਰਹੇ ਮੇਰੇ ਆਪਾਂ? ਆਪਾਂ ਚੱਲ ਰਹੇ ਕੁਆਲਿਟੀ ਰੈਸਟੋਰੈਂਟ। ਕੁਆਲਿਟੀ ਰੈਸਟੋਰੈਂਟ ਦੇ ਵਿੱਚ ਜਾ ਕੇ ਚੈੱਕ ਕਰ। ਅਤੇ ਹੁਣ ਸਾਡਾ ਪਲੈਨ ਬਣ ਰਿਹਾ ਵੀ ਅਸੀਂ ਸਾਈਕਲਿੰਗ ਕਰਨ ਸ਼ਾਇਦ ਜਾਈਏ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਹੁਣ ਅਸੀਂ ਉੱਥੇ ਨਾ ਭੁੱਖ ਬਹੁਤ ਲੱਗੀ ਹੋਈ, ਇਸ ਲਈ ਖਾਣ ਪੀਣ 'ਤੇ ਨਹੀਂ ਜ਼ਿਆਦਾ ਧਿਆਨ ਦਿੱਤਾ, ਸ਼ੂਟਿੰਗ ਵੱਲ ਘੱਟ ਧਿਆਨ ਦਿੱਤਾ। ਠੀਕ ਆ, ਜੇ ਤੁਸੀਂ ਪੰਪਾਂ ਦੇ ਬਹੁਤ 'ਤੇ ਗਿਆ ਹੋਵੋਗੇ, ਪਰ ਅਸੀਂ ਇਹੋ ਜਿਹੇ ਪੰਪ 'ਤੇ ਨਹੀਂ ਗਏ ਹੋਣੇ। ਮੈਂ ਤੁਹਾਨੂੰ ਬਹੁਤ ਸੋਹਣਾ ਪੰਪ ਦਿਖਾਉਣਾ, ਇੱਕ ਮਿੰਟ ਹੁਣੀ ਵੇਟ ਕਰ ਜੂੰਗਾ। ਆਏ ਦੇਖੋ ਜੀ, ਇਹ ਹੈਗੇ ਨੇ ਆਧੁਨਿਕ ਪੈਟਰੋਲ ਪੰਪ। ਅਤੇ ਫਿਰ ਅਸੀਂ ਵੀਰੇ ਦੇ ਇੱਕ ਫਰੈਂਡ ਨੂੰ ਲੈਣ ਗਏ, ਚੋਟੀ ਦੇ ਬੰਦੇ ਨੂੰ, ਚੋਟੀਆਂ ਕਲਾ ਤੋਂ, ਚੋਟੀ ਦੀਆਂ ਸੜਕਾਂ ਤੋਂ ਸੰਦੀਪ ਸਿੰਘ ਨੂੰ ਲੈਣ ਜਾ ਰਹੇ ਹਾਂ। ਠੀਕ ਹੈ ਨਾ, ਅਸੀਂ ਦੇਖ ਸਕਦੇ ਹਾਂ ਦਿਖਾਉਣੇ ਅੱਗੇ ਸੜਕ ਵਿੱਚ। ਚੋਟੀ ਦੇ ਸੰਦੀਪ ਸਿੰਘ ਇਹ ਆ ਗਏ, ਚੋਟੀ ਦੇ ਸੰਦੀਪ ਸਿੰਘ। ਤੇ ਉਸ ਤੋਂ ਬਾਅਦ ਸੈਮ ਨੂੰ ਲੈਣ ਗਏ। ਆ ਜਾਓ ਜੀ, ਕੀ ਹਾਲ? ਵਧੀਆ ਬਾਈ, ਕਿਵੇਂ ਬਾਈ? ਹੋਰ ਜੀ, ਕੀ ਹਾਲ ਨੇ? ਹੈਲੋ ਕਰੋ, ਹੈਲੋ ਇੱਧਰ, ਹੈਲੋ। ਨਾਮ ਤਾਂ ਸੈਮ ਸਿੰਘ ਕਾਲ ਸੀ। ਕਿੱਥੋਂ? ਤਲਵੰਡੀ ਬਾਈ। ਠੀਕ ਆ ਬਾਈ, ਹਾਂ ਹੋਰ ਠੀਕ ਆ? ਅਸੀਂ ਤਿੰਨ ਚਾਰਿਆਂ ਨੇ ਇਕੱਠੇ ਹੋ ਕੇ ਖੇਤ ਗੇੜਾ ਮਾਰ ਕੇ ਆਏ, ਉੱਥੇ ਖੜੇ ਰਹੇ ਕਾਫੀ ਟਾਈਮ, ਗੱਲਾਂ ਬਾਤਾਂ ਕੀਤੀਆਂ। ਆਪਦਾ ਇੰਟਰੋਡਕਸ਼ਨ ਦਿਓ ਮਾੜਾ ਨਵੇਂ ਨੇੜੇ ਹੋ ਕੇ। ਬਾਈ ਮੈਂ ਤਾਂ ਸੇਮ ਸਿੰਘ ਤਲਵੰਡੀ ਭਾਈ ਤੋਂ, ਆਹ ਮੇਰਾ ਬੇਲੀ ਲੱਖਾ ਬੰਕ ਮੁਲਾਜ਼ਮ, ਅਤੇ ਆਹ ਬਾਈ ਸੰਦੀਪ, ਇਹ ਵੀ ਬੰਕ ਮੁਲਾਜ਼ਮ, ਇਹ ਵੀ ਬੰਕ ਮੁਲਾਜ਼ਮ ਹੀ ਆ। ਇਹ ਫਰੋਮ ਚੋਟੀਆਂ ਤੋਂ, ਚੋਟੀ ਦਾ ਬੰਦਾ, ਚੋਟੀ ਦਾ ਬੰਦਾ, ਠੀਕ ਆ। ਅਤੇ ਆਹ ਹਰਪਿੰਦਰ ਛੋਟਾ ਵੀਰ, ਇਹ ਚੱਲਿਆ ਥੋੜ੍ਹੇ ਟਾਈਮ ਨੂੰ ਕਿੱਥੇ? ਕਨੇਡੇ, ਹਾਂ ਬਸ ਠੀਕ ਆ। ਇਹ ਹੁਣ ਥੋੜ੍ਹੇ ਟਾਈਮ ਪਹਿਲਾਂ ਜਾ ਕੇ ਆਇਆ ਦੁਬਈ, ਦੁਬਈ ਨਹੀਂ ਜਾ ਕੇ ਦੁਬਈ ਜਾ ਕੇ ਆਇਆ ਇਹ। ਹਾਂ ਬੋਲੋ ਮਾੜਾ ਜਿਹਾ, ਕੀ ਯਾਰੀ ਕੀ ਕਰਦੇ? ਯਾਰੀ ਮੈਂ ਪਤਾ ਕੀ ਕਹੂੰਗਾ, ਮੈਂ ਕਹੂੰਗਾ ਆਪਾਂ ਸਿਰੇ ਹੀ ਆ, ਕੋਈ ਯਾਰ ਦੋਸਤ ਨਹੀਂ। ਜਾਂ ਤਾਂ ਕਹਿ ਰਿਸ਼ਤੇਦਾਰ ਰੱਖੋ ਜਾਂ ਸਿਰਾ ਰੱਖੋ। ਕੀ ਰੱਖੋ? ਸਿਰਾ। ਮੇਰੇ ਨਾਨਕੇ ਗੋਨੇ ਵਾਲਾ ਹੀ ਆ ਬਾਈ, ਝੂਠ ਨੀ ਬੋਲਦਾ, ਪੁੱਛ ਲਓ ਇਹ ਤੋਂ। ਪਰ ਫਿਰ ਵੀ ਜਿਹੜਾ ਗੋਨੇ ਵਾਲਾ ਮਾਂ, ਨਹੀਂ ਨਹੀਂ ਉੱਥੇ ਕੀ ਆ ਤੁਹਾਡੀ? ਕਦਾ ਗਾਣਾ ਹੋ ਜਾਵੇ ਫਿਰ ਸੈਮ ਸਾਹਿਬ? ਕਿਹੜਾ ਗਾਣਾ ਹੋ ਜਾਵੇ? ਕੋਈ ਵੀ। ਹੀਰੇ ਆਖ ਦੀ ਵੇ ਜੋਗੀਆ,
झूठ बोले। वाह भी वाह, सिरा बेकौन रुठड़े यार मनाम दा। गलबात है भाई पूरी। ये ऐसा कोई ना मिलया वे मैं टूट थकी। हाँ ते जेड़ा गया नू मोड़ ले आवदाई। एट लास्ट शाम नू करे आके सौंगे ते हुण वीरा फिर वीरा जी मैं बैंक तो जॉब कर रहा था वीरा इसलिए ड्यूटी पे चला गया। मैनू हुण एक होर वीरा लैन आ रहा है ते फिर असीं अगे जावांगे मासी दे घरे। समझे नहीं मतलब ना जी, मैं तुहानू समझाउणा हुण तुहानू मैं समझाउणा। आ गया अपना पिंड तनौला, आ गया बरनाला, बरनाले तो पखूगंज तो राह कट के गया मोगा, तरवंडी आ गया मेरे नानके। ठीक है, तो जे मैं आपकी मासी को जाना हो तनौला बरनाला, बरनाले तो पखूगंज ही हाँ, उतों बाजा खाना, बाजा खाना तो ढिलवा गला। ठीक है, सो कल जो मैं तुरन लग्या तो मैं वीरे को मैसेज करता मामे के मुंडे भी मैं तुर पाया। ठीक है, तो मैं पहुँच जूँगा। फिर मैं तुरन लगे ने नाले मैं मासी के मुंडे को भी मैसेज करता कि वीरे मैं अज मैं नानके जा रहा, कल मैं आऊँगा थोड़े को। ठीक है, मैं इतों जाता हुआ जाता हुआ जाता हुआ जाता हुआ तलवंडी पहुँच गया। मासी के मुंडे ने मैसेज करता ही कहना ए करके मैं तो तेरी भरजाई असं जा रहे हैं जीरे, जीरे है उन्होंने सहुरे, वो कहें भी असं अज जा रहे हैं जीरे, कल आते हुए तेन नाल ले आवेंगे। सो हूँ मैं इतने हाँ तो मासी का मुंडा इतने हैगा, तो इसलिए मासी का मुंडा हूँ जो जाऊगा इधरों आए तो वह मैनू नाल इत लैके चले जाएंगे। ठीक है, आ गई समझना। संदीप है मेरा नाम नी कुड़िए, पिंड चोटियां दा है टिकाणा भी रोड तलवंडी वाली पैंदी। बल्ले बल्ले, रोड तलवंडी वाली पैंदी, कल कलां दा थाणा नी, बाई नंबर है कोठी जट दी। बाई नंबर है कोठी जट दी, आके बैल वजाणा जे फिर भी तेनू पता ना लगे। बल्ले, जे फिर भी तेनू पता ना लगे फोन मेरा खड़काना नी, पुछ ली हाण दिए घर सरपंचा जाना नी, पुछ ली हाण दिए घर सरपंचा जाना नी, पुछ ली हाण दिए। देखो हुण घरे तां वग जूगी ओह हैना जिणी मोतर माने जाना होया, पर हुण आया वी दस दे वी सड़क थोड़ी जी थमलिन कट लूंगा मैं। जो बी एक गल कहूंगा भी जिन्ना तुसी किसी का कर दे ना वो थोड़ा उन्ना नहीं करता, चाहे वह यार दोस्त ही अपना खास यार दोस्त कह सकते हैं, खास यार दोस्त जिद ना तुसी जिंदगी दा पूरा चाहे 10 साल 20 साल चार चाहे सारी तुसी उम्र हंडाई होवे उहदे नाल।